ਮੇਰੇ ਬਹੁਤ ਹੀ ਪਿਆਰੇ ਦੋਸਤੋ ਆਪ ਸਭ ਜੀ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਵੱਡੀ ਅਪਡੇਟ ਦੇ ਨਾਲ ਸੀਐਮ ਭਗਵੰਤ ਮਾਨ ਵੱਲੋਂ ਬਿਜਲੀ ਬੋਰਡ ਨੂੰ ਹਦਾਇਤਾਂ ਕਰ ਦਿੱਤੀਆਂ ਜਾ ਰਹੀ ਹੁਣ ਇਸ ਤਰ੍ਹਾਂ ਲਈ ਜਾਵੇਗੀ ਯੂਨਿਟ ਦੀ ਰੀਡਿੰਗ ਜਿੰਨਰ ਵਰਗ ਨੂੰ ਵੀ ਕੀਤਾ ਬਿਲ ਮਾਫ ਪੱਤਰ ਕੀਤਾ ਗਿਆ ਜਾ ਰਹੀ ਸੋ ਦੋਸਤੋ ਵੀ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਛੋਟੀ ਜਿਹੀ ਰਿਕਵੈਸਟ ਹੈ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਤੇ ਦੋਸਤੋ ਇਸ ਵੀਡੀ ਦੇ ਵੀ ਜ਼ਰੂਰ ਕਰਨਾ ਸੋ ਆਓ ਦੋਸਤੋ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਜਿਵੇਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਹਰ ਘਰ ਨੂੰ 300 ਯੂਨਿਟ ਬਿਜਲੀ ਦੇ ਮੁਫਤ ਦਿੱਤੇ ਜਾਣੇ ਹਨ ਇਸ ਦੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਅੱਜ ਪੱਕਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਾਰੀਆਂ ਹਦਾਇਤਾਂ ਲਿਖੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਬਿੱਲ ਮਾਫ ਹੋ ਸਕਦਾ ਹੈ ਤੁਹਾਡੀ ਬਿੱਲ ਦੀ ਰੀਡਿੰਗ ਕਿਸ ਤਰ੍ਹਾਂ ਲਈ ਜਾਵੇਗੀ ਉਸ ਦੀਆਂ ਸਾਰੀਆਂ ਹਦਾਇਤਾਂ ਬਿਜਲੀ ਬੋਰਡ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਸੋ ਦੋਸਤੋ ਆਓ ਦੇਖੀਏ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਸੋ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਸੀਐਮ ਵੱਲੋਂ ਅਨਾਉਂਸ ਕੀਤਾ ਗਿਆ ਹੈ ਕਿ 300 ਯੂਨਿਟ ਬਿਜਲੀ ਦੇ ਹਰ ਇੱਕ ਹਰ ਨੂੰ ਮੁਫਤ ਦਿੱਤੇ ਜਾਣੇ ਹਨ ਜੋ ਕਿ 1 ਜੁਲਾਈ 2022 ਤੋਂ ਲਾਗੂ ਹੋਣਗੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਘਰਾਂ ਦਾ ਲੋਡ 2 ਕਿਲੋਵਾਟ ਹੈ ਉਹਨਾਂ ਦੇ ਜੋ ਪੁਰਾਣੇ ਬਕਾਏ ਹਨ ਉਹਨਾਂ ਨੂੰ ਮਾਫ ਕੀਤਾ ਗਿਆ ਹੈ ਜੋ ਬਕਾਏ ਉਹਨਾਂ ਦੇ 31 ਦਸੰਬਰ 2021 ਤੱਕ ਪੈਂਡਿੰਗ ਹਨ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਹੈ ਜਿਸ ਦੇ ਬਾਰੇ ਵਿੱਚ ਪੀਐਸਪੀਸੀਐਲ ਤੋਂ ਬਿਜਲੀ ਬੋਰਡ ਤੋਂ ਸੂਚਨਾ ਮੰਗ ਲਈ ਗਈ ਹੈ ਇਸ ਦੇ ਨਾਲ ਹੀ ਦੋਸਤੋ ਏ ਵੀ ਕਿਹਾ ਗਿਆ ਹੈ ਕਿ ਜੋ ਬਿਜਲੀ ਦੇ ਮੀਟਰ ਹਨ ਉਹਨਾਂ ਦੀ ਜੋ ਰੀਡਿੰਗ ਹੈ ਬਿਲਕੁਲ ਐਕੂਰੇਟ ਲੈਣੀ ਹੈ ਅਤੇ ਰੈਗੂਲਰ ਬੇਸਿਸ ਤੇ ਜੋ ਬਿਜਲੀ ਮੁਲਾਜ਼ਮ ਹਨ ਉਹ ਵੀ ਲਾਂਦੀ ਰੀਡਿੰਗ ਲੈ ਕਰਨਗੇ ਅਤੇ ਰੀਡਿੰਗ ਲੈਣ ਸਮੇਂ ਕੋਈ ਵੀ ਜੋ ਹੈ ਅੰਗੈਲੀ ਨਹੀਂ ਵਰਤੀ ਜਾਵੇਗੀ ਇਸੇ ਨਾਲ ਉਹਨਾਂ ਨੇ ਕਿਹਾ ਗਿਆ ਹੈ ਕਿ ਜੋ ਬਿਲ ਹਨ ਉਹ ਬਿਲਕੁਲ ਸਹੀ ਦੇਣੇ ਹਨ ਕਿਸੇ ਵਿੱਚ ਇਦਾਂ ਨਾ ਹੋਵੇ ਕਿ ਉਹਨਾਂ ਦੇ ਜੋ ਯੂਨਿਟ ਹਨ ਵੱਧ ਦਿਖਾਏ ਜਾਣ ਅਤੇ ਜੋ ਪਰਿਵਾਰ ਹੈ ਉਸ ਨੂੰ ਜੋ ਬਿਜਲੀ ਦਾ ਬਿਲ ਦੇਣਾ ਪਵੇ ਜਿੰਨਾ ਉਹਨਾਂ ਦਾ ਬਿਲ ਬਣਦਾ ਹੈ ਜਿੰਨੀ ਉਹਨਾਂ ਨੇ ਯੂਨਿਟ ਖਪਤ ਕੀਤੀ ਹੈ ਉਹਨਾਂ ਨੂੰ ਸਿਰਫ ਉਹਨਾ ਹੀ ਬਿੱਲ ਬਣਾ ਕੇ ਦਿੱਤਾ ਜਾਣਾ ਚਾਹੀਦਾ ਹੈ ਅਗਰ ਇਸ ਦੇ ਵਿੱਚ ਕੁਝ ਗੜਬੜ ਹੋਈ ਤਾਂ ਜੋ ਬਿਜਲੀ ਬੋਰਡ ਹੈ ਉਸ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਸੋ ਦੋਸਤੋ ਉਹਨਾਂ ਨੇ ਇਹ ਬੜੇ ਸਾਫ਼ ਹਦਾਇਤਾਂ ਇਸ ਪੱਤਰ ਦੇ ਵਿੱਚ ਲਿਖ ਕੇ ਦੇ ਦਿੱਤੀਆਂ ਹਨ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਆਪ ਨੂੰ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ